ਜੇਕਰ ਅੱਜ ਕੋਈ ਨਵੀਂ ਥਾਰ ਲੈਣਾ ਚਾਹੁੰਦਾ ਹੈ ਤਾਂ 1 ਸਾਲ ਤੋਂ ਵੱਧ ਦੀ ਵੇਟਿੰਗ ਚੱਲ ਰਹੀ ਹੈ ਨਵੀਂ ਥਾਰ ਲੈਣ ਦੇ ਲਈ। ਥਾਰ ਦੀ ਇਕੱਲੇ ਇੰਡੀਆ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਇਸ ਦੀ ਕਾਫੀ ਜ਼ਿਆਦਾ ਡਿਮਾਂਡ ਹੈ। ਆਰਮੀ ਯਾਨੀ ਕਿ ਸੈਨਾ ਦੇ ਲਈ ਬਣਾਈ ਗਈ ਇਸ ਕਾਰ ਦੇ ਉੱਪਰ ਕਿਵੇਂ ਪੂਰੀ ਦੁਨੀਆ ਦਾ ਦਿਲ ਆ ਗਿਆ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਾਰਾ ਕੁਝ ਜਾਣਾਂਗੇ। ਦੁਨੀਆ ਦੇ ਵਿੱਚ ਦੂਜਾ ਵਿਸ਼ਵ ਯੁੱਧ 1939 ਤੋਂ 1945 ਦੇ ਵਿਚਕਾਰ ਲੜਿਆ ਗਿਆ। ਇਸ ਯੁੱਧ ਦੇ ਦੌਰਾਨ ਹੀ ਮਹਿੰਦਰਾ ਥਾਰ ਦੀ ਪਹਿਚਾਣ ਆਮ ਲੋਕਾਂ ਦੇ ਵਿੱਚ ਹੋਣ ਲੱਗੀ ਸੀ। ਅਸਲ ਦੇ ਵਿੱਚ ਜਦੋਂ ਇਹ ਯੁੱਧ ਆਪਣੇ ਪੂਰੇ ਸਿਖਰ ਤੇ ਚੱਲ ਰਿਹਾ ਸੀ ਤਾਂ ਉਸ ਸਮੇਂ ਅਮਰੀਕਾ ਆਪਣੇ ਸੈਨਿਕਾਂ ਅਤੇ ਹਥਿਆਰਾਂ ਨੂੰ ਯੁੱਧ ਦੇ ਮੈਦਾਨ ਦੇ ਵਿੱਚ ਭੇਜਣ ਦੇ ਲਈ ਟਰੱਕ ਅਤੇ ਫਾਈਟਰ ਪਲੇਨਾਂ ਦੀ ਵਰਤੋਂ ਕਰ ਰਿਹਾ ਸੀ, ਪਰ ਟਰੱਕ ਅਤੇ ਜਹਾਜ਼ ਦੇ ਕਾਰਨ ਅਮਰੀਕਾ ਨੂੰ ਮੁਸ਼ਕਲ ਇਹ ਆ ਰਹੀ ਸੀ ਕਿ ਇਹਨਾਂ ਦਾ ਸਾਈਜ਼ ਬਹੁਤ ਵੱਡਾ ਹੋਣ ਕਾਰਨ ਇਹ ਹਰ ਥਾਂ ਤੇ ਨਹੀਂ ਜਾ ਸਕਦੇ ਸਨ, ਤੇ ਦੂਜਾ ਇਸ ਦਾ ਕਾਰਨ ਇਹ ਸੀ ਕਿ ਬਹੁਤ ਜ਼ਿਆਦਾ ਮਹਿੰਗੇ ਵੀ ਸਨ। ਇਸ ਲਈ ਅਮਰੀਕਾ ਨੂੰ ਹੁਣ ਇੱਕ ਅਜਿਹੇ ਸਾਧਨ ਦੀ ਲੋੜ ਸੀ ਜਿਹੜਾ ਸਸਤਾ, ਘੱਟ ਭਾਰਾ, ਕੰਪੈਕਟ ਅਤੇ ਮਜ਼ਬੂਤ ਵੀ ਹੋਵੇ। ਜ਼ਰੂਰਤ ਪੈਣ ਤੇ ਇਸ ਗੱਡੀ ਨੂੰ ਹਵਾਈ ਜਹਾਜ਼ ਦੇ ਰਾਹੀਂ ਸਿੱਧਾ ਯੁੱਧ ਦੇ ਮੈਦਾਨ ਤੇ ਵੀ ਉਤਾਰਿਆ ਜਾ ਸਕੇ ਤੇ ਆਪਣੀ ਇਹ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਅਮਰੀਕਾ ਨੇ 135 ਕਾਰਾਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਇੱਕ ਮਜ਼ਬੂਤ 4-wheel ਡਰਾਈਵ ਕਾਰ ਦਾ ਇੱਕ ਪ੍ਰੋਟੋਟਾਈਪ ਬਣਾਉਣ ਦੇ ਲਈ ਕਿਹਾ, ਪਰ ਸੈਨਾ ਨੇ ਇਹ ਪ੍ਰੋਟੋਟਾਈਪ ਮਾਡਲ ਬਣਾਉਣ ਦੇ ਲਈ ਸਾਰੀਆਂ ਕੰਪਨੀਆਂ ਨੂੰ ਸਿਰਫ 49 ਦਿਨਾਂ ਦਾ ਸਮਾਂ ਦਿੱਤਾ। ਸਮਾਂ ਇੰਨਾ ਜ਼ਿਆਦਾ ਘੱਟ ਹੋਣ ਕਰਕੇ ਸਿਰਫ ਬੈਂਟਮ ਅਤੇ ਵਿਲੀ ਕੰਪਨੀਆਂ ਨੇ ਹੀ ਸੈਨਾ ਦੀ ਇਸ ਬੇਨਤੀ ਦੇ ਉੱਪਰ ਰਿਸਪੌਂਡ ਕੀਤਾ ਸੀ। ਵਿਲੀਸ ਓਵਰਲੈਂਡ ਦਾ ਮਾਡਲ ਲਗਭਗ ਤਿਆਰ ਸੀ, ਪਰ ਉਹਨਾਂ ਨੇ ਉਸ ਨੂੰ ਪੂਰਾ ਕਰਨ ਦੇ ਲਈ ਸੈਨਾ ਤੋਂ ਕੁਝ ਹੋਰ ਸਮਾਂ ਮੰਗਿਆ, ਪਰ ਸੈਨਾ ਨੇ ਉਸ ਨੂੰ ਵਾਧੂ ਸਮਾਂ ਦੇਣ ਤੋਂ ਸਾਫ਼ ਨਾ ਕਰ ਦਿੱਤੀ। ਉੱਥੇ ਜੇਕਰ ਬੈਂਟਮ ਕੰਪਨੀ ਦੀ ਗੱਲ ਕਰੀਏ ਤਾਂ ਉਹ 49 ਦਿਨਾਂ ਦੇ ਵਿੱਚ ਇੱਕ ਵਰਕਿੰਗ ਪ੍ਰੋਟੋਟਾਈਪ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਸਨ। ਅਮਰੀਕਨ ਆਰਮੀ ਨੂੰ ਵੀ ਉਹਨਾਂ ਦੀ ਕਾਰ ਦਾ ਡਿਜ਼ਾਈਨ ਪਸੰਦ ਆ ਗਿਆ ਸੀ, ਪਰ ਬੈਂਟਮ ਉਸ ਸਮੇਂ ਇੱਕ ਛੋਟੀ ਕੰਪਨੀ ਸੀ। ਉਸ ਦੀ ਉਸ ਸਮੇਂ ਪ੍ਰੋਡਕਸ਼ਨ ਸ਼ਕਤੀ ਜਾਂ ਆਪਾਂ ਕਹੀਏ ਉਤਪਾਦਨ ਇੰਨਾ ਜ਼ਿਆਦਾ ਨਹੀਂ ਸੀ ਕਿ ਉਹ ਸੈਨਾ ਦੀ ਮੰਗ ਨੂੰ ਪੂਰਾ ਕਰ ਸਕੇ। ਇਸ ਲਈ ਅਮਰੀਕਨ ਆਰਮੀ ਨੇ ਬੈਂਟਮ ਦਾ ਉਹ ਡਿਜ਼ਾਈਨ ਫੋਰਡ ਅਤੇ ਵਿਲੀਸ ਕੰਪਨੀ ਨੂੰ ਦੇ ਦਿੱਤਾ। ਉਹਨਾਂ ਨੇ ਦੋਨਾਂ ਕੰਪਨੀਆਂ ਨੂੰ ਕਿਹਾ ਕਿ ਉਹ ਇਸ ਡਿਜ਼ਾਈਨ ਦੇ ਵਿੱਚ ਆਪਣੇ ਆਪਣੇ ਹਿਸਾਬ ਦੇ ਨਾਲ ਬਦਲਾਅ ਕਰਕੇ ਆਪਣੇ ਮਾਡਲ ਨੂੰ ਸਾਨੂੰ ਦਿਖਾਉਣ। ਇਸ ਤੋਂ ਬਾਅਦ ਇਹ ਦੋਨੇ ਕੰਪਨੀਆਂ ਨੇ ਸੈਨਾ ਦੇ ਸਾਹਮਣੇ ਆਪਣੀ ਆਪਣੀ ਕਾਰ ਦੇ ਵਰਜ਼ਨ ਪੇਸ਼ ਕੀਤੇ। ਇਹਨਾਂ ਦੋਨਾਂ ਕੰਪਨੀਆਂ ਦੇ ਡਿਜ਼ਾਈਨਾਂ ਨੂੰ ਬਰੀਕੀ ਦੇ ਨਾਲ ਪਰਖਣ ਤੋਂ ਬਾਅਦ ਵਿਲੀ ਕੰਪਨੀ ਦੇ ਡਿਜ਼ਾਈਨ ਨੂੰ ਹਾਂ ਕਰ ਦਿੱਤੀ ਗਈ। ਇਸ ਕਰਕੇ ਇਸ ਡਿਜ਼ਾਈਨ ਦੇ ਸਾਰੇ ਕਾਨੂੰਨੀ ਅਧਿਕਾਰ ਵੀ ਵਿਲੀ ਕੰਪਨੀ ਦੇ ਨਾਮ ਕਰ ਦਿੱਤੇ ਗਏ। ਇਸ ਤੋਂ ਬਾਅਦ ਵਿਲੀ ਕੰਪਨੀ ਨੇ ਜੀਪ ਨਾਮ ਨੂੰ ਟ੍ਰੇਡਮਾਰਕ ਕਰਾਇਆ ਤੇ ਇਸ ਕਾਰ ਨੂੰ ਵਿਲੀਸ ਜੀਪ ਦਾ ਨਾਮ ਦਿੱਤਾ। ਇਥੋਂ ਹੀ ਅੱਜ ਦੀ ਫੇਮਸ ਜੀਪ ਦੀ ਸ਼ੁਰੂਆਤ ਹੋਈ ਸੀ, ਜਿਸ ਨੇ ਅੱਗੇ ਜਾ ਕੇ ਪੂਰੀ ਦੁਨੀਆ ਦੇ ਵਿੱਚ ਆਪਣੇ ਨਾਮ ਦਾ ਡੰਕਾ ਵਜਾਇਆ। ਅਸਲ ਦੇ ਵਿੱਚ ਇਹ ਕਾਰ ਉੱਪਰ ਖਾਪਰ ਰਸਤਿਆਂ ਤੇ ਬੜੀ ਆਸਾਨੀ ਦੇ ਨਾਲ ਚੱਲ ਸਕਦੀ ਸੀ ਤੇ ਨਾਲ ਹੀ ਇਹ ਇੰਨੀ ਜ਼ਿਆਦਾ ਮਜ਼ਬੂਤ ਸੀ ਕਿ ਛੋਟੇ ਮੋਟੇ ਧਮਾਕੇ ਅਤੇ ਬੰਦੂਕ ਦੀ ਗੋਲੀ ਨੂੰ ਵੀ ਆਰਾਮ ਨਾਲ ਝੱਲ ਲੈਂਦੀ ਸੀ। ਆਪਣੀਆਂ ਇਹਨਾਂ ਖੂਬੀਆਂ ਕਰਕੇ ਹੀ ਜੀਪ ਵਿਸ਼ਵ ਯੁੱਧ ਦਾ ਇੱਕ ਅਹਿਮ ਹਿੱਸਾ ਬਣ ਗਈ। ਤੁਹਾਨੂੰ ਇਹ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਉਸ ਸਮੇਂ ਦੂਜੇ ਵਿਸ਼ਵ ਯੁੱਧ ਦੇ ਲਈ 600,000 ਜੀਪਾਂ ਬਣਾਈਆਂ ਗਈਆਂ ਸਨ। ਜਦੋਂ ਤੱਕ ਦੂਜਾ ਵਿਸ਼ਵ ਯੁੱਧ ਚੱਲਿਆ ਉਦੋਂ ਤੱਕ ਜੀਪ ਕਾਫੀ ਜ਼ਿਆਦਾ ਡਿਮਾਂਡ ਵਿੱਚ ਰਹੀ। 1945 ਦੇ ਵਿੱਚ ਜਦੋਂ ਦੂਜਾ ਵਿਸ਼ਵ ਯੁੱਧ ਖਤਮ ਹੋਇਆ ਤਾਂ ਉਸ ਦੇ ਨਾਲ ਹੀ ਜੀਪ ਦੀ ਡਿਮਾਂਡ ਵੀ ਖਤਮ ਹੋ ਗਈ ਤੇ ਅਮਰੀਕਨ ਸੈਨਾ ਨੇ ਵੀ ਇਸ ਨੂੰ ਖਰੀਦਣਾ ਬੰਦ ਕਰ ਦਿੱਤਾ ਤੇ ਹੁਣ ਘਾਟੇ ਦੀ ਸਿਚੁਏਸ਼ਨ ਤੋਂ ਨਿਕਲਣ ਦੇ ਲਈ ਜੀਪ ਕੰਪਨੀ ਨੇ ਆਪਣੀ ਜੀਪ ਨੂੰ ਆਮ ਲੋਕਾਂ ਨੂੰ ਵੀ ਵੇਚਣ ਦੀ ਕੋਸ਼ਿਸ਼ ਕੀਤੀ, ਪਰ ਜਿਹੜੀ ਸਫਲਤਾ ਇਹਨਾਂ ਨੂੰ ਯੁੱਧ ਦੇ ਮੈਦਾਨ ਵਿੱਚ ਮਿਲੀ ਸੀ ਉਸ ਤਰ੍ਹਾਂ ਦੀ ਸਫਲਤਾ ਇਹਨਾਂ ਨੂੰ ਸ਼ਹਿਰ ਦੀਆਂ ਸੜਕਾਂ ਦੇ ਉੱਪਰ ਨਹੀਂ ਮਿਲੀ। ਜੀਪ ਦੀ ਯੁੱਧ ਦੇ ਵਿੱਚ ਵਰਤੋਂ ਹੋਣ ਕਰਕੇ ਇਸ ਦੀ ਦਿਖਾਵਟ ਵੀ ਇੱਕ ਸੈਨਿਕ ਕਾਰ ਵਾਲੀ ਬਣ ਗਈ ਸੀ। ਇਸ ਲਈ ਕੋਈ ਵੀ ਆਮ ਇਨਸਾਨ ਜੀਪ ਨੂੰ ਆਪਣੇ ਰੋਜ਼ਮਰਾ ਦੇ ਕੰਮਾਂ ਦੇ ਵਿੱਚ ਵਰਤਣ ਦੇ ਲਈ ਨਹੀਂ ਖਰੀਦ ਰਿਹਾ ਸੀ। ਕੁਝ ਸਾਲਾਂ ਤੱਕ ਤਾਂ ਇਹ ਕੰਪਨੀ ਜਿਵੇਂ ਤਿਵੇਂ ਥੋੜੀ ਬਹੁਤੀ ਸੇਲ ਕਰਕੇ ਸਰਵਾਈਵ ਕਰਦੀ ਰਹੀ, ਪਰ ਲਗਾਤਾਰ ਘੱਟ ਸੇਲ ਹੋਣ ਕਾਰਨ ਕੰਪਨੀ ਦੀ ਹਾਲਤ ਵਿਗੜਦੀ ਗਈ ਤੇ ਇੱਕ ਸਮਾਂ ਅਜਿਹਾ ਆਇਆ ਕਿ ਕੰਪਨੀ ਨੂੰ ਬੰਦ ਕਰਨ ਦੀ ਨੌਬਤ ਆ ਗਈ। ਇਹ ਉਹੀ ਸਮਾਂ ਸੀ ਜਦੋਂ ਇਸ ਕਹਾਣੀ ਦੇ ਵਿੱਚ ਮਹਿੰਦਰਾ ਕੰਪਨੀ ਦੇ ਫਾਊਂਡਰ ਜੈਸੀ ਅਤੇ ਕੈਸੀ ਮਹਿੰਦਰਾ ਦੀ ਐਂਟਰੀ ਹੁੰਦੀ ਹੈ। ਅਸਲ ਦੇ ਵਿੱਚ ਕੈਲਾਸ਼ ਮਹਿੰਦਰਾ ਨੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਅਮਰੀਕਾ ਦੇ ਵਿੱਚ ਬਤੀਤ ਕੀਤੇ ਸਨ, ਜਿੱਥੇ ਉਹਨਾਂ ਨੇ ਪਹਿਲੀ ਵਾਰ ਜੀਪ ਨੂੰ ਦੇਖਿਆ ਸੀ। ਉਹ ਅਮਰੀਕਾ ਦੇ ਵਿੱਚ ਜੀਪ ਨੂੰ ਦੇਖ ਕੇ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਸਨ ਕਿ ਉਹਨਾਂ ਨੇ ਉਸ ਸਮੇਂ ਇਸ ਕਾਰ ਨੂੰ ਭਾਰਤ ਲਿਆਉਣ ਦਾ ਫੈਸਲਾ ਕਰ ਲਿਆ ਸੀ ਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਮਹਿੰਦਰਾ ਬ੍ਰਦਰ ਅਮਰੀਕਾ ਪਹੁੰਚ ਗਏ, ਜਿੱਥੇ ਉਹਨਾਂ ਨੇ ਵਿਲੀਸ ਕੰਪਨੀ ਤੱਕ ਪਹੁੰਚ ਕੀਤੀ ਤੇ ਕੰਪਨੀ ਦੇ ਨਾਲ ਉਹਨਾਂ ਨੇ ਜੀਪ ਦੇ CJ2A ਮਾਡਲ ਨੂੰ ਭਾਰਤ ਦੇ ਵਿੱਚ ਇੰਪੋਰਟ ਕਰਨ ਦੀ ਡੀਲ ਦੇ ਉੱਪਰ ਦਸਤਖਤ ਕੀਤੇ। ਇਸ ਤਰ੍ਹਾਂ 1949 ਦੇ ਵਿੱਚ ਮਹਿੰਦਰਾ ਬ੍ਰਦਰ ਇਸ ਜੀਪ ਨੂੰ ਭਾਰਤ ਲੈ ਕੇ ਆਏ। ਵੈਸੇ ਤਾਂ ਜੀਪ ਉਸ ਸਮੇਂ ਇੱਕ ਆਮ ਐਵਰੇਜ ਕੀਮਤ ਵਾਲੀ ਕਾਰ ਸੀ, ਪਰ ਇਸ ਦੀ ਕੀਮਤ ਇੰਨੀ ਜ਼ਿਆਦਾ ਵੀ ਘੱਟ ਨਹੀਂ ਸੀ ਕਿ ਭਾਰਤ ਦੇ ਆਮ ਲੋਕ ਇਸ ਨੂੰ ਖਰੀਦ ਸਕਣ। ਇਸ ਲਈ ਸ਼ੁਰੂਆਤ ਦੇ ਵਿੱਚ ਇਹ ਭਾਰਤ ਦੀ ਮਾਰਕੀਟ ਦੇ ਵਿੱਚ ਆਪਣਾ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਜੀਪ ਦੇ ਭਾਰਤੀ ਮਾਰਕੀਟ ਦੇ ਵਿੱਚ ਫੇਲ ਹੋਣ ਤੋਂ ਬਾਅਦ ਵੀ ਮਹਿੰਦਰਾ ਕੰਪਨੀ ਨੇ ਹਾਰ ਨਹੀਂ ਮੰਨੀ ਤੇ ਸਾਲ 1960 ਦੇ ਵਿੱਚ ਮਹਿੰਦਰਾ ਕੰਪਨੀ ਨੇ ਵਿਲੀ ਕੰਪਨੀ ਦੇ ਨਾਲ ਇੱਕ ਹੋਰ ਡੀਲ ਸਾਈਨ ਕੀਤੀ ਤੇ ਜੀਪ ਦੇ CJ3A ਮਾਡਲ ਨੂੰ ਭਾਰਤ ਦੇ ਵਿੱਚ ਬਣਾਉਣ ਦਾ ਲਾਇਸੈਂਸ ਲੈ ਲਿਆ ਤੇ ਭਾਰਤ ਦੇ ਵਿੱਚ ਇਹ ਜੀਪ ਬਣਨ ਦੇ ਕਾਰਨ ਇਸ ਦੀ ਕੀਮਤ ਵੀ ਹੁਣ ਘੱਟ ਹੋ ਗਈ ਤੇ ਭਾਰਤ ਦੇ ਵਿੱਚ ਜੀਪ ਦੀ ਪ੍ਰੋਡਕਸ਼ਨ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਨੇ ਜੀਪ ਦੇ ਵਿੱਚ ਕਈ ਬੁਨਿਆਦੀ ਬਦਲਾਅ ਵੀ ਕੀਤੇ, ਜਿਵੇਂ ਕਿ ਇਸ ਦੇ ਖੱਬੇ ਪਾਸੇ ਵਾਲੇ ਸਟੀਅਰਿੰਗ ਨੂੰ ਸੱਜੇ ਪਾਸੇ ਕਰ ਦਿੱਤਾ ਗਿਆ ਕਿਉਂਕਿ ਇਸ ਕਾਰਨ ਕਰਕੇ ਵੀ ਕਈ ਭਾਰਤੀ ਲੋਕ ਇਸ ਨੂੰ ਨਹੀਂ ਖਰੀਦਦੇ ਸਨ। ਇਸ ਤੋਂ ਪਹਿਲਾਂ ਜੀਪ ਦੇ ਅੰਦਰ ਸਿਰਫ ਪੈਟਰੋਲ ਇੰਜਨ ਆਉਂਦਾ ਸੀ, ਉਹਨਾਂ ਨੇ ਇਸ ਨੂੰ ਬਦਲ ਕੇ ਇਸ ਦੇ ਵਿੱਚ ਡੀਜ਼ਲ ਇੰਜਨ ਰੱਖ
ਡੀਲਰਾਂ ਨੇ ਬਲੈਰੋ ਅਤੇ ਸਕੋਰਪੀਓ ਕਾਰਾਂ ਲਾਂਚ ਕੀਤੀਆਂ ਤਾਂ ਇਹਨਾਂ ਦੋਨਾਂ ਕਾਰਾਂ ਦੇ ਆਉਣ ਦੇ ਕਾਰਨ ਲੋਕਾਂ ਨੂੰ ਜੀਪ ਹੁਣ ਆਊਟਡੇਟਡ ਯਾਨੀ ਕਿ ਪੁਰਾਣੀ ਕਾਰ ਲੱਗਣ ਲੱਗ ਗਈ। ਅਸਲ ਦੇ ਵਿੱਚ ਲੋਕ ਹੁਣ ਆਫ ਰੋਡ ਕਾਰਾਂ ਦੇ ਰੂਪ ਦੇ ਵਿੱਚ ਬਲੈਰੋ ਅਤੇ ਸਕਾਰਪੀਓ ਵਰਗੀਆਂ ਲਗਜ਼ਰੀਆਂ ਅਤੇ ਵੱਡੀਆਂ ਗੱਡੀਆਂ ਨੂੰ ਪਸੰਦ ਕਰਨ ਲੱਗੇ ਸਨ। ਇਹਨਾਂ ਕਾਰਨਾਂ ਕਰਕੇ ਹੀ ਜਿਹੜਾ ਜਾਦੂ ਜੀਪ ਨੇ 70 ਅਤੇ 80 ਦੇ ਦਹਾਕੇ ਦੇ ਵਿੱਚ ਇੰਡੀਆ ਦੇ ਲੋਕਾਂ ਉੱਪਰ ਕੀਤਾ ਸੀ ਉਹ 2000 ਤੱਕ ਆਉਂਦੇ ਆਉਂਦੇ ਖਤਮ ਹੋ ਗਿਆ। ਇੱਥੋਂ ਤੱਕ ਕਿ ਭਾਰਤੀ ਸੈਨਾ ਜਿਹੜੀ ਕਿ ਕਈ ਦਹਾਕਿਆਂ ਤੱਕ ਜੀਪ ਦੀ ਇੱਕ ਲੋਇਲ ਕਸਟਮਰ ਸੀ, ਉਹਨਾਂ ਨੇ ਵੀ ਹੁਣ ਜੀਪ ਦੀ ਥਾਂ ਤੇ ਮਰੂਤੀ ਜਿਪਸੀ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਜੀਪ ਦਾ ਇਸ ਤਰ੍ਹਾਂ ਫੇਲ ਹੋਣਾ ਮਹਿੰਦਰਾ ਦੇ ਲਈ ਇੱਕ ਬਹੁਤ ਵੱਡਾ ਝਟਕਾ ਸੀ, ਇਸ ਲਈ ਹੁਣ ਜਲਦੀ ਹੀ ਮਹਿੰਦਰਾ ਨੂੰ ਇੱਕ ਅਜਿਹੀ ਕਾਰ ਬਣਾਉਣ ਦੀ ਜ਼ਰੂਰਤ ਸੀ ਜਿਹੜੀ ਕਿ ਜੀਪ ਨੂੰ ਰਿਪਲੇਸ ਕਰ ਸਕੇ। ਇਸ ਲਈ ਅਕਤੂਬਰ 2010 ਦੇ ਵਿੱਚ ਮਹਿੰਦਰਾ ਕੰਪਨੀ ਨੇ ਥਾਰ ਨੂੰ ਲਾਂਚ ਕਰਕੇ ਜੀਪ ਨੂੰ ਹਮੇਸ਼ਾ ਦੇ ਲਈ ਰਿਪਲੇਸ ਕਰ ਦਿੱਤਾ। ਅਸਲ ਦੇ ਵਿੱਚ ਮਹਿੰਦਰਾ ਥਾਰ ਸਕੋਰਪੀਓ ਤੇ ਜੀਪ CJ5A ਮਾਡਲ ਦੇ ਕੰਬੀਨੇਸ਼ਨ ਦੇ ਨਾਲ ਬਣੀ ਸੀ, ਇਸ ਲਈ ਲਾਂਚ ਹੁੰਦੇ ਹੀ ਥਾਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ, ਪਰ ਇੰਨੀ ਜ਼ਿਆਦਾ ਸਫਲ ਨਹੀਂ ਹੋਈ ਜਿੰਨੀ ਕੰਪਨੀ ਨੂੰ ਇਸ ਤੋਂ ਉਮੀਦ ਸੀ। ਇਸ ਦੇ ਚੱਲਦੇ ਹੀ ਮਹਿੰਦਰਾ ਥਾਰ ਦੀ ਇਸ ਫਸਟ ਜਨਰੇਸ਼ਨ 2020 ਦੇ ਵਿੱਚ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ। ਫਿਰ ਇਸ ਥਾਰ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਕਰਕੇ ਅਕਤੂਬਰ 2020 ਦੇ ਵਿੱਚ ਇਸ ਦੀ ਸੈਕੰਡ ਜਨਰੇਸ਼ਨ ਨੂੰ ਲਾਂਚ ਕੀਤਾ ਗਿਆ। ਥਾਰ ਦੀ ਇਹ ਸੈਕੰਡ ਜਨਰੇਸ਼ਨ ਜਾਂ ਕਹੀਏ ਸੈਕੰਡ ਮਾਡਲ ਪਹਿਲਾਂ ਵਾਲੀ ਥਾਰ ਤੋਂ ਕਾਫੀ ਜ਼ਿਆਦਾ ਅਟਰੈਕਟਿਵ ਅਤੇ ਪਾਵਰਫੁਲ ਸੀ, ਇਸ ਕਰਕੇ ਥਾਰ ਦਾ ਮਾਡਲ ਲਾਂਚ ਹੁੰਦੇ ਹੀ ਲੋਕਾਂ ਦੇ ਵਿੱਚ ਇਸ ਦਾ ਜਾਦੂ ਚੱਲ ਗਿਆ। ਇਹ ਜਾਦੂ ਲੋਕਾਂ ਦੇ ਵਿੱਚ ਇਸ ਤਰ੍ਹਾਂ ਚੱਲਿਆ ਕਿ ਇਹ ਥਾਰ ਲਾਂਚ ਹੁੰਦੇ ਹੀ ਭਾਰਤ ਦੀ ਬੈਸਟ ਸੈਲਿੰਗ ਕਾਰ ਬਣ ਗਈ। ਜੇਕਰ ਇਸ ਸਮੇਂ ਗੱਲ ਕਰੀਏ ਤਾਂ ਥਾਰ ਦੀ ਇੰਡੀਆ ਦੇ ਵਿੱਚ ਇੰਨੀ ਜ਼ਿਆਦਾ ਡਿਮਾਂਡ ਹੈ ਕਿ ਨਵੀਂ ਥਾਰ ਖਰੀਦਣ ਦੇ ਲਈ ਲੋਕਾਂ ਨੂੰ ਹੁਣ ਇੰਡੀਆ ਦੇ ਵਿੱਚ 1 ਸਾਲ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਤੇ ਥਾਰ ਦੀ ਸੇਲ ਦਿਨ-ਬਦਿਨ ਲਗਾਤਾਰ ਅਸਮਾਨ ਨੂੰ ਛੂ ਰਹੀ ਹੈ। ਇਸ ਜੀ ਮਹਿੰਦਰਾ ਥਾਰ ਦੇ ਬਾਰੇ ਕੁਝ ਰੌਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿੰਨੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋਟੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ Facebook ਦੇ ਪੇਜ ਜੋਟੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।